ਕਦੀ ਸੋਚਿਆ ਸੀਗਾ ਕਿ ਇੰਡਸਟਰੀ ਦੇ ਵਿੱਚ ਵੀ ਜਾਣ ਦਾ ਮੌਕਾ ਮਿਲੇਗਾ ਨਹੀਂ ਇਹ ਚੀਜ਼ ਕਦੀ ਵੀ ਨਹੀਂ ਸੀਗੀ ਸੋਚੀ ਮੈਂ ਸਿਰਫ ਇਹ ਸੀਗਾ ਕਿ ਹਾਂ ਮੈਂ ਸਿੱਖ ਲਿਆ ਤੇ ਆਪਣਾ ਮੈਂ ਇਦਾਂ ਹੀ ਇਹ ਰੀਲਸ ਹੀ ਅਪਲੋਡ ਕਰਿਆ ਕਰੂੰਗਾ ਉਸ ਟਾਈਮ ਚਲੋ ਰੀਲਸ ਨਹੀਂ ਸੀ ਕਿ ਪਹਿਲੇ ਤਾਂ ਮੈਂ ਜਦੋਂ ਮੈਨੂੰ ਇੱਕ ਦੋ ਟ੍ਰਿਕ ਆ ਗਏ ਸੀਗੇ ਉਦੋਂ ਮੈਂ ਕੋਈ ਆਪਣੀ ਪੋਸਟ ਸ਼ੋਅ ਨਹੀਂ ਸੀ ਕਰਦਾ ਹੁੰਦਾ ਮੈਂ ਕਿਸੇ ਨੂੰ ਦੱਸਦਾ ਵੀ ਨਹੀਂ ਸੀ ਹੁੰਦਾ ਕਿ ਮੈਂ ਇਹ ਚੀਜ਼ ਕਰਦਾ ਕਿਉਂਕਿ ਮੈਨੂੰ ਇਹ ਸੀਗਾ ਕਿ ਹਜੇ ਤੱਕ ਮੈਨੂੰ ਕੋਸ਼ਿਸ਼ ਵੀ ਨਹੀਂ ਆਇਆ ਕਿ ਜੇ ਮੈਂ ਇਹ ਚੀਜ਼ ਅਪਲੋਡ ਕਰੂੰਗਾ ਜਾਂ ਮੈਂ ਕਿਸੇ ਦੇ ਸਾਹਮਣੇ ਡੇਗ ਗਿਆ ਤੇ ਫਿਰ ਮੇਰੀ ਇਨਸਲਟ ਹੋਊਗੀ ਤੇ ਜਦੋਂ ਮੈਂ ਪ੍ਰੋਪਰ ਯੂ نو ਸਿੱਖ ਲਏ ਸੀਗੇ ਦੋ ਦਿਨ ਟ੍ਰਿਕ ਫਿਰ ਮੈਂ ਵੀਡੀਓ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਆਪਣੀਆਂ ਫਿਰ ਮੇਰੇ ਮਤਲਬ ਕਿ ਜੋ ਮੇਰੇ ਦੋਸਤ ਸੀਗੇ ਕਲਾਸਮੇਟਸ ਸੀਗੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਗੁਰੀ ਤੂੰ ਤਾਂ ਆ ਕੰਮ ਕਰਦਾ ਤੇ ਬਹੁਤ ਵਧੀਆ ਆ ਤੇ ਇਦਾਂ ਕਰਕੇ ਹੋਇਆ ਜੀ ਕਿਵੇਂ ਲੱਗਦਾ ਜਦੋਂ ਯਾਰ ਦੋਸਤ ਸਪੋਰਟ ਕਰਦੇ ਨੇ ਕਿ ਵਾਹ ਗੁਰੀ ਬਹੁਤ ਸੋਹਣਾ ਕੰਮ ਕਰ ਰਹਾ ਹੈ ਬਹੁਤ ਵਧੀਆ ਸਪੋਰਟ ਕਰਦੇ ਆ ਜੀ ਇਹ ਮਤਲਬ ਕਿ ਇਹਦੇ ਵਿੱਚ ਇੱਕ ਹੋਰ ਵੀ ਰਾਜ ਹੈਗਾ ਜੀ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਉਹ ਰਾਜ ਇਹ ਆ ਕਿ ਜਦੋਂ ਮੈਂ ਪਹਿਲੇ ਮੈਂ ਸ਼ਾਇਦ 9ਵੀਂ ਕਿ 10ਵੀਂ ਕਲਾਸ ਵਿੱਚ ਪੜਦਾ ਹੁੰਦਾ ਸੀਗਾ ਤੇ ਉਦੋਂ ਮੈਂ ਪੰਗੇ ਜ਼ਰੂਰ ਲੈਂਦਾ ਹੁੰਦਾ ਸੀਗਾ ਪਰ ਕਿਸੇ ਦੇ ਸਾਹਮਣੇ ਨਹੀਂ ਐਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਖਾਲੀ ਗਰਾਊਂਡ ਦੇ ਵਿੱਚ ਲੈਂਦਾ ਹੁੰਦਾ ਸੀ ਤੇ ਸਾਈਕਲ ਸੀਗਾ ਮੇਰੇ ਕੋਲ ਰੇਂਜਰ ਤੇ ਉਹ ਮੈਂ ਜਦੋਂ ਉਹਨੂੰ ਕਾਫੀ ਮਤਲਬ ਕਿ ਤੇਜ਼ ਭਜਾਉਂਦਾ ਹੁੰਦਾ ਸੀਗਾ ਮੈਂ ਉਹਦੀ ਬ੍ਰੇਕ ਦਾ ਸੈੱਟਪ ਇਦਾਂ ਕੀਤਾ ਸੀਗਾ ਕਿ ਬੈਕ ਸਾਈਡ ਤੋਂ ਚੱਕਿਆ ਜਾਂਦਾ ਹੁੰਦਾ ਸੀਗਾ ਉਹਦਾ ਟਾਇਰ ਜੀ ਤੇ ਮੇਰੇ ਨਾ ਆਪਣਾ ਕਲਾਸ ਦੇ ਇੱਕ ਦੋ ਮੁੰਡਿਆਂ ਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਕਿ ਇਹ ਸਟੰਡ ਕਰਦਾ ਉਹਨਾਂ ਨੇ ਕਲਾਸ ਦੇ ਵਿੱਚ ਰੌਲਾ ਪਾਇਆ ਕਿ ਗੁਰੀ ਇਦਾਂ ਆਪਣਾ ਸਟੰਡ ਕਰਦਾ ਆ ਤੇ ਫਿਰ ਬਾਅਦ ਵਿੱਚ ਮੇਰੇ ਜਦੋਂ ਛੁੱਟੀ ਦਾ ਟਾਈਮ ਸੀਗਾ ਤੇ ਮੇਰੇ ਕਲਾਸਮੇਟ ਕੁੜੀਆਂ ਸੀਗੀਆਂ ਜਿਹੜੀਆਂ ਤੇ ਆਪਣਾ ਨਾਲ ਦੋਸਤ ਸੀਗੇ ਮੇਰੇ ਕਹਿੰਦੇ ਕਿ ਆਪਾਂ ਤੇਰੇ ਨਾਲ ਇੱਕ ਸਟੰਟ ਦੇਖਣਾ ਆ ਕਿ ਅੱਜ ਤੇਰੇ ਤੋਂ ਕਰਕੇ ਦਿਖਾ ਦੂ ਸਾਨੂੰ ਤੇ ਮੈਂ ਕਹਿੰਦਾ ਨਹੀਂ ਨਹੀਂ ਯਾਰ ਮੈਂ ਕਰਕੇ ਨਹੀਂ ਦਿਖਾਉਣਾ ਕਹਿੰਦੇ ਨਹੀਂ ਨਹੀਂ ਸਾਨੂੰ ਪਤਾ ਤੂੰ ਸਟੰਟ ਬਹੁਤ ਵਧੀਆ ਕਰਦਾ ਨੂੰ ਕਰਕੇ ਦਿਖਾ ਮੈਂ ਕਹਿੰਦਾ ਕੋਈ ਗੱਲ ਨਹੀਂ ਚਲੋ ਕਰਕੇ ਦਿਖਾਉਣਾ ਤੁਹਾਨੂੰ ਫਿਰ ਮੈਂ ਸਾਈਕਲ ਸਟੈਂਡ ਤੋਂ ਸਾਈਕਲ ਲੈ ਕੇ ਆਇਆ ਮੈਂ ਕਾਫੀ ਤੇਜ਼ ਲੈ ਗਿਆ ਇੱਕ ਨਾ ਛੋਟਾ ਜਿਹਾ ਦਰਵਾਜ਼ਾ ਸੀਗਾ ਉਹ ਦਰਵਾਜ਼ੇ ਦੇ ਵਿੱਚੋਂ ਸਾਰੇ ਜਣੇ ਬਾਹਰ ਹੁੰਦੇ ਹੁੰਦੇ ਸੀਗੇ ਛੁੱਟੀ ਦੇ ਟਾਈਮ ਤੇ ਮੈਂ ਜਦੋਂ ਆ ਕੇ ਉੱਥੇ ਜਦੋਂ ਬ੍ਰੇਕ ਜਦੋਂ ਮੈਂ ਲਗਾਈ ਤੇ ਬ੍ਰੇਕ ਦੀ ਵਾਇਰ ਜਿਹੜੀ ਉਹ ਟੁੱਟ ਗਈ ਤੇ ਮੇਰਾ ਸਾਈਕਲ ਬਹੁਤ ਜ਼ੋਰ ਦੀ ਕੰਧ ਦੇ ਵਿੱਚ ਵਜਾ ਔਰ ਮੇਰੇ ਦੋਸਤ ਉਹ ਜਿਹੜੀਆਂ ਕੁੜੀਆਂ ਸੀਗੀਆਂ ਨਾਲ ਕਲਾਸਮੇਟ ਜਾਂ ਮ ਲੈ ਵੱਡਾ ਸਟੰਟਮੈਨ ਬਣਿਆ ਫਿਰਦਾ ਵਾਂ ਕਰਨੇ ਕਰਨੇ ਤੈਨੂੰ ਆਉਂਦੇ ਨਹੀਂ ਕਿ ਉਹ ਮੇਰੇ ਮੱਥੇ ਤੇ ਵੀ ਸੱਟ ਲੱਗੀ ਚਲੋ ਬਚਾਅ ਹੋ ਗਿਆ ਤੇ ਉਦੋਂ ਬੜੀ ਦਿਲ ਨੂੰ ਗੱਲ ਲੱਗੀ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਮੈਂ ਕਿਹਾ ਤੁਹਾਨੂੰ ਵੱਡਾ ਸਟੰਟਮੈਨ ਬਣ ਕੇ ਹੀ ਦਿਖਾਉਣਾ ਹੈ ਤੇ ਫੇਰ ਚਲੋ ਮੈਂ ਬਾਅਦ ਵਿੱਚ ਪ੍ਰੈਕਟਿਸ ਕਰਦਾ ਰਿਹਾ ਕਰਦਾ ਰਿਹਾ ਤੇ ਉਹ ਬਾਬਾ ਜੀ ਦੀ ਕਿਰਪਾ ਹੋਈ ਉਸ ਵਾਹਿਗੁਰੂ ਜੀ ਦੀ ਤੇ ਵਧੀਆ ਹੋ ਗਿਆ ਗਿਆ ਹੁਣ ਕਦੀ ਸੋਚਿਆ ਸੀਗਾ ਕਿ ਇੰਡਸਟਰੀ ਦੇ ਵਿੱਚ ਵੀ ਜਾਣ ਦਾ ਮੌਕਾ ਮਿਲੇਗਾ ਉਹ ਨਹੀਂ ਇਹ ਚੀਜ਼ ਕਦੀ ਵੀ ਨਹੀਂ ਸਗੀ ਸੋਚੀ ਮੈਂ ਸਿਰਫ ਇਹ ਸੀਗਾ ਕਿ ਹਾਂ ਮੈਂ ਸਿੱਖ ਲਿਆ ਤੇ ਆਪਣਾ ਮੈਂ ਇਦਾਂ ਹੀ ਇਹ ਰੀਲਸ ਸੇ ਅਪਲੋਡ ਕਰਿਆ ਕਰੂੰਗਾ ਉਸ ਟਾਈਮ ਚਲੋ ਰੀਲਸ ਨਹੀਂ ਸੀ ਕਿ ਪਹਿਲੇ ਤਾਂ ਮੈਂ ਜਦੋਂ ਮੈਨੂੰ ਇੱਕ ਦੋ ਟ੍ਰਿਕ ਆ ਗਏ ਸੀਗੇ ਉਦੋਂ ਮੈਂ ਕੋਈ ਆਪਣੀ ਪੋਸਟ ਸ਼ੋਅ ਨਹੀਂ ਸੀ ਕਰਦਾ ਹੁੰਦਾ ਮੈਂ ਕਿਸੇ ਨੂੰ ਦੱਸਦਾ ਵੀ ਨਹੀਂ ਸੀ ਹੁੰਦਾ ਕਿ ਮੈਂ ਇਹ ਚੀਜ਼ ਕਰਦਾ ਕਿਉਂਕਿ ਮੈਨੂੰ ਇਹ ਸੀਗਾ ਕਿ ਹਜੇ ਤੱਕ ਮੈਨੂੰ ਕੋਸ਼ਿਸ਼ ਵੀ ਨਹੀਂ ਆਇਆ ਕਿ ਜੇ ਮੈਂ ਇਹ ਚੀਜ਼ ਅਪਲੋਡ ਕਰੂੰਗਾ ਜਾਂ ਮੈਂ ਕਿਸੇ ਦੇ ਸਾਹਮਣੇ ਡੇਗ ਗਿਆ ਤੇ ਫਿਰ ਮੇਰੀ ਇਨਸਲਟ ਹੋਊਗੀ ਤੇ ਜਦੋਂ ਮੈਂ ਪ੍ਰੋਪਰ ਯੂ نو ਸਿੱਖ ਲਏ ਸੀਗੇ ਦੋ ਦਿਨ ਟ੍ਰਿਕ ਫਿਰ ਮੈਂ ਵੀਡੀਓ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ ਆਪਣੀਆਂ ਫਿਰ ਮੇਰੇ ਮਤਲਬ ਕਿ ਜੋ ਮੇਰੇ ਦੋਸਤ ਸੀਗੇ ਕਲਾਸਮੇਟ ਸੀਗੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਗੁਰੀ ਤੂੰ ਤਾਂ ਆ ਕੰਮ ਕਰਦਾ ਤੇ ਬਹੁਤ ਵਧੀਆ ਆ ਤੇ ਇਦਾਂ ਕਰਕੇ ਹੋਇਆ ਜੀ ਕਿਵੇਂ ਲੱਗਦਾ ਜਦੋਂ ਯਾਰ ਦੋਸਤ ਸਪੋਰਟ ਕਰਦੇ ਨੇ ਕਿ ਵਾਹ ਗੁਰੀ ਬਹੁਤ ਸੋਹਣਾ ਕੰਮ ਕਰ ਰਹਾ ਹੈ ਬਹੁਤ ਵਧੀਆ ਸਪੋਰਟ ਕਰਦੇ ਆ ਜੀ ਇਹ ਮਤਲਬ ਕਿ ਇਹਦੇ ਵਿੱਚ ਇੱਕ ਹੋਰ ਵੀ ਰਾਜ਼ ਹੈਗਾ ਜੀ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ ਉਹ ਰਾਜ਼ ਇਹ ਆ ਕਿ ਜਦੋਂ ਮੈਂ ਪਹਿਲੇ ਮੈਂ ਸ਼ਾਇਦ 9ਵੀਂ ਕਿ 10ਵੀਂ ਕਲਾਸ ਵਿੱਚ ਪੜਦਾ ਹੁੰਦਾ ਸੀਗਾ ਤੇ ਉਦੋਂ ਮੈਂ ਪੰਗੇ ਜ਼ਰੂਰ ਲੈਂਦਾ ਹੁੰਦਾ ਸੀਗਾ ਪਰ ਕਿਸੇ ਦੇ ਸਾਹਮਣੇ ਨਹੀਂ ਐਦਾ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਖਾਲੀ ਗਰਾਊਂਡ ਦੇ ਵਿੱਚ ਲੈਂਦਾ ਹੁੰਦਾ ਸੀ ਤੇ ਸਾਈਕਲ ਸੀਗਾ ਮੇਰੇ ਕੋਲ ਰੇਂਜਰ ਤੇ ਉਹ ਮੈਂ ਜਦੋਂ ਉਹਨੂੰ ਕਾਫੀ ਮਤਲਬ ਕਿ ਤੇਜ਼ ਭਜਾਉਂਦਾ ਹੁੰਦਾ ਸੀਗਾ ਮੈਂ ਉਹਦੀ ਬ੍ਰੇਕ ਦਾ ਸੈਟਅਪ ਇਦਾਂ ਕੀਤਾ ਸੀਗਾ ਕਿ ਬੈਕ ਸਾਈਡ ਤੋਂ ਚੱਕਿਆ ਜਾਂਦਾ ਹੁੰਦਾ ਸੀਗਾ ਉਹਦਾ ਟਾਇਰ ਜੀ ਤੇ ਮੇਰੇ ਨਾ ਆਪਣਾ ਕਲਾਸ ਦੇ ਇੱਕ ਦੋ ਮੁੰਡਿਆਂ ਨੂੰ ਪਤਾ ਲੱਗਿਆ ਕਿ ਇਦਾਂ ਕਰਕੇ ਕਿ ਇਹ ਸਟੰਟ ਕਰਦਾ ਉਹਨਾਂ ਨੇ ਕਲਾਸ ਦੇ ਵਿੱਚ ਰੌਲਾ ਪਾਇਆ ਕਿ ਗੁਰੀ ਇਦਾਂ ਆਪਣਾ ਸਟੰਟ ਕਰਦਾ ਆ ਤੇ ਫਿਰ ਬਾਅਦ ਵਿੱਚ ਮੇਰੇ ਜਦੋਂ ਛੁੱਟੀ ਦਾ ਟਾਈਮ ਸੀਗਾ ਤੇ ਮੇਰੇ ਕਲਾਸਮੇਟ ਕੁੜੀਆਂ ਸੀਗੀਆਂ ਜਿਹੜੀਆਂ ਤੇ ਆਪਣਾ ਨਾਲ ਦੋਸਤ ਸੀਗੇ ਮੇਰੇ ਕਹਿੰਦੇ ਕਿ ਆਪਾਂ ਤੇਰਾ ਨਾ ਇੱਕ ਸਟੰਟ ਦੇਖਣਾ ਆ ਕਿ ਅੱਜ ਤੇਰੇ ਤੋਂ ਕਰਕੇ ਦਿਖਾ ਦੋ ਸਾਨੂੰ ਤੇ ਮੈਂ ਕਹਿੰਦਾ ਨਹੀਂ ਨਹੀਂ ਯਾਰ ਮੈਂ ਕਰਕੇ ਨਹੀਂ ਦਿਖਾਉਣਾ ਕਹਿੰਦੇ ਨਹੀਂ ਨਹੀਂ ਸਾਨੂੰ ਪਤਾ ਤੂੰ ਸਟੰਟ ਬਹੁਤ ਵਧੀਆ ਕਰਦਾ ਨੂੰ ਕਰਕੇ ਦਿਖਾ ਮੈਂ ਕਹਿੰਦਾ ਕੋਈ ਗੱਲ ਨਹੀਂ ਚਲੋ ਕਰਕੇ ਦਿਖਾਉਣਾ ਤੁਹਾਨੂੰ ਫਿਰ ਮੈਂ ਸਾਈਕਲ ਸਟੈਂਡ ਤੋਂ ਸਾਈਕਲ ਲੈ ਕੇ ਆਇਆ ਮੈਂ ਕਾਫੀ ਤੇਜ਼ ਲੈ ਗਿਆ ਇੱਕ ਨਾ ਛੋਟਾ ਜਿਹਾ ਦਰਵਾਜ਼ਾ ਸੀਗਾ ਉਹ ਦਰਵਾਜ਼ੇ ਦੇ ਵਿੱਚੋਂ ਸਾਰੇ ਜਣੇ ਬਾਹਰ ਹੁੰਦੇ ਹੁੰਦੇ ਸੀਗੇ ਛੁੱਟੀ ਦੇ ਟਾਈਮ ਤੇ ਮੈਂ ਜਦੋਂ ਆ ਕੇ ਉੱਥੇ ਜਦੋਂ ਬ੍ਰੇਕ ਜਦੋਂ ਮੈਂ ਲਗਾਈ ਤੇ ਬ੍ਰੇਕ ਦੀ ਵਾਇਰ ਜਿਹੜੀ ਉਹ ਟੁੱਟ ਗਈ ਤੇ ਮੇਰਾ ਸਾਈਕਲ ਬਹੁਤ ਜ਼ੋਰ ਦੀ ਕੰਧ ਦੇ ਵਿੱਚ ਵਜਾ ਔਰ ਮੇਰੇ ਦੋਸਤ ਉਹ ਜਿਹੜੀਆਂ ਕੁੜੀਆਂ ਸੀਗੀਆਂ ਨਾਲ ਕਲਾਸਮੇਟ ਜਾਂ ਮ ਲੈ ਵੱਡਾ ਸਟੰਟਮੈਨ ਬਣਿਆ ਫਿਰਦਾ ਵਾਂ ਕਰਨੇ ਕਰਨੇ ਤੈਨੂੰ ਆਉਂਦੇ ਨਹੀਂ ਕਿ ਉਹ ਮੇਰੇ ਮੱਥੇ ਤੇ ਵੀ ਸੱਟ ਲੱਗੀ ਚਲੋ ਬਚਾਅ ਹੋ ਗਿਆ ਤੇ ਉਦੋਂ ਬੜੀ ਦਿਲ ਨੂੰ ਗੱਲ ਲੱਗੀ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਮੈਂ ਕਿਹਾ ਤੁਹਾਨੂੰ ਵੱਡਾ ਸਟੰਟਮੈਨ ਬਣ ਕੇ ਹੀ ਦਿਖਾਉਣਾ ਹੈ ਤੇ ਫਿਰ ਚਲੋ ਮੈਂ ਬਾਅਦ ਵਿੱਚ ਪ੍ਰੈਕਟਿਸ ਕਰਦਾ ਰਿਹਾ ਕਰਦਾ ਰਿਹਾ ਤੇ ਉਹ ਬਾਬਾ ਜੀ ਦੀ ਕਿਰਪਾ ਹੋਈ ਉਸ ਵਾਹਿਗੁਰੂ ਜੀ ਦੀ ਤੇ ਵਧੀਆ ਹੋ ਗਿਆ ਗਿਆ ਹੁਣ